ਪੰਜਾਬ ਦੇ ਬਠਿੰਡਾ ਦੇ ਗੁਲਾਬਗੜ੍ਹ ਇਲਾਕੇ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਗੋਂਡਰ ਗੈਂਗ ਤੇ ਪੰਜਾਬ ਪੁਲਿਸ ਦੇ ਵਿਚਕਾਰ ਹੋਈ ਹੈ ਮੁੱਠਭੇੜ। ਇਹ ਲਾਈਵ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸਿੱਧਾ ਮੌਕੇ ਤੋਂ। ਪਹਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡੇ ਦੇ ਇਸ ਇਲਾਕੇ ਵਿੱਚ ਗੋਂਡਰ ਗੈਂਗ ਦੇ ਮੈਂਬਰ ਘੁੰਮ ਰਹੇ ਨੇ। ਪੁਲਿਸ ਨੇ ਘੇਰਾ ਪਾਇਆ ਤੇ ਦੋਨਾਂ ਪੱਖਾਂ ਵੱਲੋਂ ਫਾਇਰਿੰਗ ਸ਼ੁਰੂ ਹੋ ਗਈ। ਇਸ ਫਾਇਰਿੰਗ ਦੇ ਦੌਰਾਨ ਪੁਲਿਸ ਨੇ ਵੀ ਕਈ ਰਾਊਂਡ ਗੋਲੀਆਂ ਚਲਾਈਆਂ। ਪਹਿਲੀ ਸੂਚਨਾ ਦੇ ਮੁਤਾਬਕ ਇਸ ਵਾਰਦਾਤ ਦੇ ਵਿੱਚ ਤਿੰਨ ਜਿਹੜੇ ਗੋਂਡਰ ਗੈਂਗ ਦੇ ਮੈਂਬਰ ਨੇ ਉਹ ਘਾਇਲ ਹੋਏ ਨੇ। ਤੁਹਾਨੂੰ ਇੱਥੇ ਦੱਸ ਦਈਏ ਕਿ ਵਿੱਕੀ ਗੋਂਡਰ ਉਸ ਵੇਲੇ ਚਰਚਾ 'ਚ ਆਇਆ ਸੀ ਜਦੋਂ ਉਸਨੇ ਪੰਜਾਬ ਦੇ ਗੈਂਗਸਟਰ ਸੁੱਖਾ ਕਾਹਲਵਾਂ ਦਾ ਪੁਲਿਸ ਕਸਟਡੀ 'ਚ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਨਾਭਾ ਜੇਲ੍ਹ ਬ੍ਰੇਕ ਕਰਕੇ ਫਰਾਰ ਹੋ ਗਿਆ। ਕਰੀਬ ਇੱਕ ਸਾਲ ਬੀਤ ਗਿਆ ਹੈ, ਪੁਲਿਸ ਗੋਂਡਰ ਗੈਂਗ ਦਾ ਸੁਰਾਗ ਨਹੀਂ ਲਾ ਪਾਈ ਹੈ। ਬਠਿੰਡਾ ਤੋਂ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ।